ਤੁਹਾਡਾ ਸ਼ਬਦ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਜੋ ਪ੍ਰਿੰਸੀਪਲ ਗਰੁੱਪ ਏ ਦੀਆਂ ਪੋਸਟਾਂ ਦੇ ਲਈ ਕੱਲ ਐਤਵਾਰ ਨੂੰ 24 ਜੁਲਾਈ 2022 ਨੂੰ ਪੋਸਟਾਂ ਦੇ ਲਈ ਟੈਸਟ ਲਿਆ ਗਿਆ ਸੀ, ਉਹਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਇਹ ਹੈ ਜੀ ਕਿ ਰਿਗਾਰਡਿੰਗ ਕੁਐਸਚਨ ਪੇਪਰ ਆਨਸਰ ਕੀ ਐਂਡ ਪੋਸਟ ਐਗਜ਼ਾਮੀਨੇਸ਼ਨ ਪ੍ਰੋਸੀਜਰ ਹੈ, ਜੋ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਜੋ ਉਹਦੇ ਲਈ ਪੇਪਰ ਹੋਇਆ ਸੀ ਕੱਲ੍ਹ 120 ਪ੍ਰਸ਼ਨਾਂ ਦਾ, ਜੋ ਚਾਰੋਂ ਸੈੱਟ ਸੀ, ਸੈੱਟ ਏ ਬੀ ਸੀ ਡੀ, ਅਤੇ ਉਹਨਾਂ ਦੀ ਜੋ ਆਨਸਰ ਕੀ ਹੈ ਉਹ ਵਿਭਾਗ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੀ ਗਈ ਹੈ। ਤਾਂ ਜਿਹੜੇ ਵਿਦਿਆਰਥੀਆਂ ਨੂੰ ਇਹਨਾਂ ਦੇ ਵਿੱਚ ਓਬਜੈਕਸ਼ਨ ਲੱਗਦੀ ਹੈ ਤਾਂ ਉਹ ਆਪਣੇ ਓਬਜੈਕਸ਼ਨ ਦੇ ਲਈ ਲਿੰਕ ਹੈ ਜੋ ਉਹ ਐਕਟੀਵੇਟ ਹੋ ਚੁੱਕਿਆ, ਤਾਂ ਉਹ ਓਬਜੈਕਸ਼ਨ ਲਗਾ ਸਕਦੇ ਨੇ। ਓਬਜੈਕਸ਼ਨ ਲਗਾਉਣ ਦੇ ਲਈ ਕੀ ਟਰਮਸ ਐਂਡ ਕੰਡੀਸ਼ਨਸ ਨੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਪੂਰੇ ਨੋਟੀਫਿਕੇਸ਼ਨ ਦੇ ਵਿੱਚ। ਅੱਗੇ ਦੇਖਦੇ ਹਾਂ ਜੀ, ਅਤੇ ਓਬਜੈਕਸ਼ਨ ਕਦੋਂ ਤੋਂ ਕਦੋਂ ਤੱਕ ਲਗਾਏ ਜਾ ਸਕਦੇ ਨੇ, ਇਹਦੇ ਵਿੱਚ ਸਾਰੀ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਕਿ ਤੁਸੀਂ ਕਿਸ ਤਰ੍ਹਾਂ ਓਬਜੈਕਸ਼ਨ ਲਗਾ ਸਕਦੇ ਹੋ। ਓਬਜੈਕਸ਼ਨ 25 ਜੁਲਾਈ ਭਾਵ ਅੱਜ ਤੋਂ ਸ਼ੁਰੂ ਹੋ ਚੁੱਕੇ ਨੇ ਅਤੇ ਇਹ 28 ਜੁਲਾਈ ਨੂੰ ਰਾਤ ਨੂੰ 11:59 ਤੱਕ ਤੁਸੀਂ ਓਬਜੈਕਸ਼ਨ ਲਗਾ ਸਕਦੇ ਹੋ। ਕੁੱਲ 4 ਦਿਨ ਨੇ ਜੋ ਤੁਹਾਨੂੰ ਓਬਜੈਕਸ਼ਨ ਲਗਾਉਣ ਦੇ ਲਈ ਦਿੱਤੇ ਗਏ ਨੇ। ਅੱਗੇ ਦੇਖਦੇ ਹਾਂ ਜੀ, ਇੱਕ ਪੇਪਰ ਦੇਖਦੇ ਹਾਂ। ਹਾਂਜੀ, ਇਹ ਹੈ ਜੀ ਸੈੱਟ ਏ, ਜੋ ਚਾਰੋਂ ਸੈੱਟ ਨੇ ਏ ਬੀ ਸੀ ਡੀ, 120 ਕੁਐਸਚਨ ਸੀ। ਇਹ ਚਾਰੇ ਸੈੱਟ ਤੁਸੀਂ ਇਸ ਯੂਟਿਊਬ ਚੈਨਲ ਦੇ ਉੱਪਰ ਦੇਖ ਸਕਦੇ ਹੋ। ਤਾਂ ਇਹਦਾ ਲਿੰਕ ਜੇਕਰ ਤੁਹਾਨੂੰ ਚਾਹੀਦਾ ਤਾਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਉਹਦੇ ਵਿੱਚ ਤੁਹਾਨੂੰ ਇਹ ਚਾਰੇ ਪੇਪਰ ਨੇ ਅਤੇ ਇਹਨਾਂ ਦੀ ਜੋ ਆਨਸਰ ਕੀ ਹੈ, ਪ੍ਰੋਵੀਜ਼ਨਲ ਆਨਸਰ ਕੀ ਹੈ, ਉਹ ਤੁਹਾਨੂੰ ਭੇਜ ਦਿੱਤੀ ਜਾਵੇਗੀ। ਚਾਰੋਂ ਸੈੱਟ ਨੇ ਜੀ, ਇਹ ਚਾਰੇ ਸੈੱਟ ਦੇ ਵਿੱਚ ਜੋ ਕੁਐਸਚਨ ਨੇ ਇਹਦੀ ਪੀ ਡੀ ਐੱਫ ਤੁਸੀਂ ਪ੍ਰਾਪਤ ਕਰ ਸਕਦੇ ਹੋ। ਸਾਡਾ ਟੈਲੀਗ੍ਰਾਮ ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਉੱਥੇ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਸੀ ਜੀ ਪੇਪਰ ਏ, ਪੇਪਰ ਬੀ। ਹੁਣ ਦੇਖਦੇ ਹਾਂ ਜੀ ਅੱਗੇ ਆਨਸਰ ਕੀ ਆ, ਜੋ ਚਾਰੋਂ ਸੈੱਟ ਆਨਸਰ ਕੀ ਹੈ ਜੀ, ਇਹ ਸੈੱਟ ਏ ਦੀ, ਸੈੱਟ ਬੀ, ਸੈੱਟ ਸੀ। ਇਹ ਪੇਪਰ ਹੋਇਆ ਸੀ ਜੀ 24 ਜੁਲਾਈ 2022 ਦਿਨ ਐਤਵਾਰ ਨੂੰ, ਕੱਲ੍ਹ ਹੋਇਆ ਸੀ। ਤਾਂ 28 ਤਰੀਕ ਤੱਕ ਤੁਸੀਂ ਇਹਦੇ ਉੱਪਰ ਓਬਜੈਕਸ਼ਨਸ ਨੇ ਜੋ ਲਗਾ ਸਕਦੇ ਹੋ। ਹਾਂਜੀ, ਤਾਂ ਅੱਗੇ ਨੇ ਜੀ ਗਾਈਡਲਾਈਨਸ ਫਾਰ ਫਿਲਿੰਗ ਔਨਲਾਈਨ ਓਬਜੈਕਸ਼ਨ। ਫਸਟਲੀ, ਦਾ ਕੈਂਡੀਡੇਟ ਹੈਜ਼ ਟੂ ਗੋ ਦਾ ਪਾਰਟੀਕੁਲਰ ਐਡਵਰਟਾਈਜਮੈਂਟ ਪੇਜ ਆਫ ਦਾ ਰਿਸਪੈਕਟਿਵ ਪੋਸਟ ਔਨ ਦਾ ਪੀ ਪੀ ਐੱਸ ਸੀ ਵੈਬਸਾਈਟ, ਵੇਅਰ ਦਾ ਲਿੰਕ ਫਾਰ ਰੇਜਿੰਗ ਦਾ ਓਬਜੈਕਸ਼ਨ ਵਿਲ ਬੀ ਅਵੇਲੇਬਲ ਓਨਲੀ ਵਿਦ ਇਨ ਦਾ ਟਾਈਮ ਫਰੇਮ ਐਲੋਕੇਟਡ ਫਾਰ ਫਿਲਿੰਗ ਓਬਜੈਕਸ਼ਨ। 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜੇ ਟਾਈਮ ਹੈ ਜੋ, ਤਾਂ ਉੱਥੇ ਜਾ ਕੇ ਤੁਹਾਨੂੰ ਯੂਜ਼ ਦਾ ਸੇਮ ਰਜਿਸਟ੍ਰੇਸ਼ਨ ਨੰਬਰ ਪਾਸਵਰਡ ਤੁਹਾਨੂੰ ਫਿਲ ਕਰਨਾ ਪਏਗਾ, ਜਿਹੜਾ ਤੁਹਾਨੂੰ ਐਡਮਿਟ ਕਾਰਡ ਡਾਊਨਲੋਡ ਕੀਤਾ ਸੀ ਜਿਸ ਪਾਸਵਰਡ ਤੋਂ। ਉਸ ਤੋਂ ਬਾਅਦ ਹੈ ਜੀ, ਕੈਂਡੀਡੇਟ ਮੇ ਹੈਵ ਅਟੈਂਪਟਡ ਐਨੀ ਆਫ ਦਾ ਕੁਐਸਚਨ ਪੇਪਰ। ਤੁਹਾਨੂੰ ਸੈੱਟ ਏ ਆਇਆ ਸੀ, ਬੀ ਆਇਆ ਸੀ, ਸੀ ਆਇਆ ਸੀ, ਡੀ ਆਇਆ ਸੀ, ਤੁਸੀਂ ਫਿਲ ਕਰੋਗੇ, ਅਤੇ ਠੀਕ ਹੈ ਜੀ। ਉਸ ਤੋਂ ਬਾਅਦ ਇਹਦੀ ਆਨਸਰ ਕੀ ਹੈ, ਇਫ ਆ ਕੈਂਡੀਡੇਟ ਫੀਲਸ ਦੈਟ ਦਾ ਕੁਰੈਕਸ਼ਨਸ ਇਜ ਨਨ ਆਫ ਦਾ ਆਪਸ਼ਨ ਫਰੋਮ ਏ ਬੀ ਸੀ ਡੀ, ਦੈਨ ਹੀ ਨੀਡ ਟੂ ਸਿਲੈਕਟ ਅਦਰ। ਜੇ ਤੁਹਾਨੂੰ ਲੱਗਦਾ ਕਿ ਏ ਬੀ ਸੀ ਡੀ ਦੇ ਵਿੱਚ ਕੋਈ ਵੀ ਆਪਸ਼ਨ ਹੈ ਜੋ ਸਹੀ ਨਹੀਂ ਹੈ, ਤਾਂ ਤੁਸੀਂ ਅਦਰਸ ਕਰਵਾਉਣਾ, ਦੈਨ ਆ ਟੈਕਸਟ ਬੋਕਸ ਵਿਲ ਪੋਪ ਅਪ, ਇਫ ਕੈਂਡੀਡੇਟ ਇਜ ਪ੍ਰਪੋਜ਼ਿੰਗ ਐਨੀ ਕੰਬੀਨੇਸ਼ਨ ਆਫ ਏ ਬੀ ਸੀ ਡੀ, ਦੈਨ ਹੀ ਮਸਟ ਮੈਨਸ਼ਨ ਸੋ, ਇਫ ਨੋਟ ਦੈਨ ਹੀ ਸ਼ੁੱਡ ਰਾਈਟ ਨਨ, ਦਾ ਜਸਟੀਫਿਕੇਸ਼ਨ ਫਾਰ ਪ੍ਰਪੋਜ਼ਡ ਆਨਸਰ ਵਿਲ ਬੀ ਗਿਵਨ ਇਨ ਦਾ ਐਂਟਰ ਰਿਮਾਰਕਸ ਟੈਕਸਟ ਬੁੱਕ ਬੋਕਸ। ਅ ਕੈਂਡੀਡੇਟ ਨੀਡਸ ਟੂ ਅਪਲੋਡ ਦਾ ਇਮੇਜ ਪਰੂਫ ਜੇ ਪੀ ਜੀ, ਜੇ ਪੀ ਜੀ ਫੋਰਮੈਟ ਓਨਲੀ, ਇਨ ਸਪੋਰਟ ਆਫ ਹਿਜ ਓਬਜੈਕਸ਼ਨਸ ਫਰੋਮ ਅਥੈਂਟਿਕ ਸੋਰਸ ਓਨਲੀ ਐਜ ਪਰ ਦਾ ਸਪੈਸੀਫਿਕ ਗਿਵਨ ਬਿਲੋ, ਇਮੇਜ ਮਸਟ ਬੀ ਲਿਜੀਬਲ, ਮੈਕਸੀਮਮ ਸਾਈਜ਼ ਆਫ ਇਮੇਜ ਸ਼ੁੱਡ ਨੋਟ ਬੀ ਮੋਰ ਦੈਨ 200 KB, ਮੈਕਸੀਮਮ 3 ਇਮੇਜਸ ਆਫ ਨੋਟ ਮੋਰ ਦੈਨ 200 KB ਈਚ ਕੈਨ ਬੀ ਅਪਲੋਡਡ ਫਾਰ ਆ ਪਰਟੀਕੁਲਰ ਓਬਜੈਕਸ਼ਨ ਪਰ ਕੁਐਸਚਨ, ਵੰਸ ਦਾ ਓਬਜੈਕਸ਼ਨ ਇਜ ਸਬਮਿਟਡ ਕੈਂਡੀਡੇਟਸ ਵਿਲ ਨੋਟ ਬੀ ਏਬਲ ਟੂ ਐਡਿਟ ਔਰ ਡਿਲੀਟ। ਠੀਕ ਹੈ ਜੀ, ਕੈਂਡੀਡੇਟ ਕੈਨ ਵਿਊ ਦਾ ਸਮਰੀ ਆਫ ਓਬਜੈਕਸ਼ਨ ਰੇਜ਼ਡ ਬਾਈ ਹਿਮ ਬਾਈ ਕਲਿਕਿੰਗ ਔਨ ਬਟਨ ਵਿਊ ਡਿਟੇਲਸ ਐਂਡ ਸਮਰੀ ਵਿਦ ਇਮੇਜਸ ਵੀ ਲੌਗਿੰਗ ਇਨ ਹਿਜ ਅਕਾਊਂਟ। ਇਹ ਤਾਂ ਚੈੱਕ ਕਰ ਸਕਦੇ ਹੋ ਜੀ ਤੁਸੀਂ, ਆ ਕੈਂਡੀਡੇਟ ਸ਼ੁੱਡ ਲੋਗ ਆਊਟ ਆਫਟਰ ਸਬਮਿਸ਼ਨ ਆਫ ਓਬਜੈਕਸ਼ਨਸ, ਲਗਾਉਣ ਤੋਂ ਬਾਅਦ ਤੁਸੀਂ ਜੋ ਲੋਗ ਆਊਟ ਕਰਦੇ ਨੇ। ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਦੋਸਤਾਂ ਦੇ ਨਾਲ ਸ਼ੇਅਰ ਕਰੋ।